ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 8 ਜੁਲਾਈ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਨੇ ਮਨਰੇਗਾ ਮਜ਼ਦੂਰੀ ਵਧਾਉਣ ਲਈ ਕੇਂਦਰ ਸਰਕਾਰ ਨੂੰ ਮੰਗ ਕੀਤੀ ਹਾਂਜੀ ਰੀਸੈਂਟਲੀ ਪੰਜਾਬ ਦੀ ਗਵਰਨਮੈਂਟ ਨੇ ਮਨਰੇਗਾ ਦੀ ਮਜ਼ਦੂਰੀ ਵਧਾਉਣ ਲਈ ਕੇਂਦਰ ਸਰਕਾਰ ਨੂੰ ਮੰਗ ਕੀਤੀ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਮਨਰੇਗਾ ਦੇ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਉਹ 303 ਰੁਪਏ ਆ ਤੇ ਪੰਜਾਬ ਦੀ ਗਵਰਨਮੈਂਟ ਨੇ ਕੇਂਦਰ ਸਰਕਾਰ ਨੂੰ 303 ਰੁਪਏ ਤੋਂ ਵਧਾ ਕੇ ਮਨਰੇਗਾ ਦੀ ਦਿਹਾੜੀ 381 ਰੁਪਏ ਕਰਨ ਦੀ ਮੰਗ ਕੀਤੀ ਆ ਠੀਕ ਹੈ ਆਪਸ਼ਨ A ਇਥੇ ਰਾਈਟ ਆਨਸਰ ਹੈ ਪੰਜਾਬ ਹੁਣੇ ਮੰਗ ਪੰਜਾਬ ਦੀ ਗਵਰਨਮੈਂਟ ਨੇ ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਪੰਜਾਬ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਪੰਜਾਬ ਦੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਖੇਤਰਫਲ ਦੇ ਪੱਖੋਂ 19ਵਾਂ ਰਾਜ ਆ ਪੰਜਾਬ ਭਾਰਤ ਦਾ ਜਨਸੰਖਿਆ ਦੇ ਪੱਖੋਂ 15ਵਾਂ ਪੰਜਾਬ ਦੇ ਸਿੱਖਿਆ ਮੰਤਰੀ ਆ ਹਰਯੋਤ ਸਿੰਘ ਬੈਂਸ ਪੰਜਾਬ ਦੇ ਖੇਤੀਬਾੜੀ ਮੰਤਰੀ ਆ ਹਾਂਜੀ ਪੰਜਾਬ ਦੇ ਖੇਤੀਬਾੜੀ ਮੰਤਰੀ ਰੀਸੈਂਟਲੀ ਬਣਿਆ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਖੇਡ ਮੰਤਰੀ ਆ ਗੁਰਮੀਤ ਸਿੰਘ ਮੀਤ ਹੇਅਰ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਖੇਡ ਮੰਤਰੀ ਤੇ ਖੇਤੀ ਮੰਤਰੀ ਜਿਹੜੇ ਹੇਅਰ ਆਏ ਖੇਡ ਮੰਤਰੀ ਆ ਤੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਵਾ ਇਹ ਖੇਤੀਬਾੜੀ ਮੰਤਰੀ ਆ ਠੀਕ ਹੈ ਜੀ ਤੇ ਪੰਜਾਬ ਦੇ ਗ੍ਰਹਿ ਮੰਤਰੀ ਆ ਭਗਵੰਤ ਸਿੰਘ ਮਾਨ ਪੰਜਾਬ ਦੇ ਸਿਹਤ ਮੰਤਰੀ ਆ ਡਾਕਟਰ ਬਲਵੀਰ ਸਿੰਘ ਪੰਜਾਬ ਦੇ ਵਿੱਤ ਮੰਤਰੀ ਆ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤੀ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਪੰਜਾਬ ਦੇ ਵਿਜਲੀ ਮੰਤਰੀ ਆ ਹਰਪ੍ਰਜਨ ਸਿੰਘ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਆ ਚੇਤਨ ਸਿੰਘ ਜੋੜੇ ਮਾਜ਼ਰਾ ਪੰਜਾਬ ਦੇ ਔਰਤਾਂ ਅਤੇ ਬੱਚਿਆਂ ਦੀ ਸਮਾਜਿਕ ਸੁਰੱਖਿਆ ਅਤੇ ਨਿਆਂ ਮੰਤਰੀ ਆ ਬਲਜੀਤ ਕੌਰ ਬ੍ਰਹਮਸ਼ੰਕਰ ਯੰਪਾ ਪੰਜਾਬ ਦੇ ਮੂੜਬ ਸੇਵਾ ਅਤੇ ਆਫਤ ਪਰਵੰਦਨ ਮੰਤਰੀ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਲਾਲਚੰਦ ਘਟਾਰੂ ਚੱਕ ਪੰਜਾਬ ਦੇ বন ਵਿਭਾਗ ਅਤੇ ਜੰਗਲ ਜੀਵ ਸੁਰੱਖਿਆ ਮੰਤਰੀ ਆ ਹਾਂਜੀ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ ਰਾਜ ਪੰਛੀ ਆ ਬਾਜ਼ ਰਾਜ ਦਰਾਖਤ ਆ ਟਾਲੀ ਰਾਜ ਜਲ ਜੀਵ ਆ ਸਿੰਧ ਨਦੀ ਦੀ ਡੋਲਫਿਨ ਰਾਜ ਫੁੱਲ ਆ ਗਲੇਡੀਆਲਸ ਤੇ ਇਹ ਮੱਧ ਪ੍ਰਦੇਸ਼ ਦਾ ਵੀ ਆ ਠੀਕ ਹੈ ਤੁਸੀਂ ਧਿਆਨ ਚ ਰੱਖਣਾ ਰਾਜ ਭਾਸ਼ਾ ਵਾ ਪੰਜਾਬੀ ਰਾਜ ਨਾਚ ਆ ਪੰਗੜਾ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਪੰਜਾਬ ਦੇ ਦੱਖਣ ਪੱਛਮ ਵਿੱਚ ਰੇਤ ਦੇ ਟਿੱਬੇ ਆ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਪੰਜਾਬ ਦੇ ਨਾਲ ਤਿੰਨ ਰਾਜਾਂ ਦੀ ਹੱਦ ਲੱਗਦੀਆਂ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਇੱਕ ਦੇਸ਼ ਦੀ ਹੱਦ ਲੱਗਦੀ ਹੈ ਸਿਰਫ ਤੇ ਸਿਰਫ ਪਾਕਿਸਤਾਨ ਦੀ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੈਕਸਟ ਹੈ ਕਰੰਟ ਅਫੇਅਰ ਦੀ ਗੱਲ ਕਰੀਏ ਪੰਜਾਬ ਦੀ ਤਾਂ ਅਨੁਰਾਗ ਬਰਮਾ ਪੰਜਾਬ ਦੇ ਨਵੇਂ ਮੁੱਖ ਸਕੱਤਰ ਬਣੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿਸ ਰਾ ਸਰਕਾਰ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਅਧੀਨ ਬੀਮੇ ਦੀ ਰਕਮ ਨੂੰ ਦੁੱਗਣਾ ਕਰ ਦਿੱਤਾ ਹਾਂਜੀ ਰੀਸੈਂਟਲੀ ਗੁਜਰਾਤ ਰਾਜ ਨੇ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਅਧੀਨ ਬੀਮੇ ਦੀ ਰਕਮ ਨੂੰ ਦੁੱਗਣਾ ਕੀਤਾ ਦੇਖੋ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਮਾ ਜਿਹੜੀ ਇਸ ਦੇ ਅਧੀਨ ਜਿਹੜੀ ਬੀਮਾ ਦੀ ਰਾਸ਼ੀ ਸੀ ਉਹ 5 ਲੱਖ ਸੀ ਤੇ ਉਸ ਨੂੰ ਗੁਜਰਾਤ ਨੇ 10 ਲੱਖ ਕਰ ਦਿੱਤਾ অপশন বি ইজ আ রাইট আনসার। ਹੁਣੇ ਗੁਜਰਾਤ ਨੇ ਕੀਤਾ ਤਾਂ ਗੁਜਰਾਤ ਦੀ ਕੈਪੀਟਲ ਕੀ ਆ? ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ। ਗੁਜਰਾਤ ਦੀ ਕੈਪੀਟਲ ਆ ਜੀ ਗਾਂਧੀਨਗਰ। ਇੱਥੋਂ ਦੇ ਚੀਫ ਮਿਨਿਸਟਰ ਆ ਭੁਪਿੰਦਰਾ ਪਟੇਲ ਤੇ ਇੱਥੋਂ ਦੇ ਗਵਰਨਰ ਆ ਆਚਾਰੀਆ ਦੇਵਰਾਤ। ਗੁਜਰਾਤ ਦੇ ਵਿੱਚ ਗਿਰ ਨੈਸ਼ਨਲ ਪਾਰਕ ਆ, ਬਾੰਸ ਦਾ ਨੈਸ਼ਨਲ ਪਾਰਕ ਆ, ਬਲੈਕਬੱਕ ਨੈਸ਼ਨਲ ਪਾਰਕ ਆ। ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ। ਪੰਛੀਆਂ ਦੇ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਹਾਂਜੀ ਗੁਜਰਾਤ ਦੇ ਵਿੱਚ ਦੇਸ਼ ਦੇ ਪਹਿਲੇ ਸਹਿਕਾਰੀ ਸੈਨਿਕ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ ਅਹਮਦਾਬਾਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਕਸਰ ਨਦੀ ਕ੍ਰੂਜ਼ ਦੀ ਸ਼ੁਰੂਆਤ ਕੀਤੀ ਗਈ ਭਾਰਤ ਦਾ ਪਹਿਲਾ ਸਵਦੇਸ਼ੀ ਪਰਮਾਣੂ ਰਿਐਕਟਰ ਗੁਜਰਾਤ ਵਿੱਚ ਚਾਲੂ ਹੋਇਆ ਅਮਰੀਕਾ ਦੀ ਚਿਪ ਕੰਪਨੀ ਮਾਈਕਰੋਨ ਭਾਰਤ ਵਿੱਚ ਗੁਜਰਾਤ ਦੇ ਵਿੱਚ ਸੈਮੀ ਕੰਡਕਟਰ ਅਸੈਂਬਲੀ ਸਥਾਪਿਤ ਕਰੇਗੀ ਸੂਰਤ ਵਿੱਚ ਰਾਜਪਦਰੀ ਯੋਗਾ ਸੈਸ਼ਨ ਲਈ ਲੋਕਾਂ ਨੇ ਸਭ ਤੋਂ ਵੱਡੇ ਇਕੱਠੇ ਹੋ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਯੋਗ ਦਿਵਸ ਤੇ ਸੂਰਤ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡ ਬਣਿਆ ਵਾ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਥ੍ਰੈਡਸ ਨਾਮਕ ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਕਿਸ ਨੇ ਲਾਂਚ ਕੀਤਾ ਹਾਂਜੀ ਥ੍ਰੈਡਸ ਨਾਮ ਦਾ ਜਿਹੜਾ ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕੀਤਾ ਗਿਆ ਵਾ ਟਵਿੱਟਰ ਨੂੰ maat ਪਾਉਣ ਦੇ ਲਈ ਮੈਟਾ ਨੇ ਲਾਂਚ ਕੀਤਾ ਮੈਟਾ ਇਸਦਾ ਹੀ ਇੰਸਟਾਗ੍ਰam ਆ ਇਸਦਾ ਹੀ ਫੇਸਬੁੱਕ ਆ ਠੀਕ ਹੈ ਤੇ ਹੁਣ ਮੈਟਾ ਨੇ ਥ੍ਰੈਡਸ ਟਵਿੱਟਰ ਨੂੰ ਟੱਕਰ ਦੇਣ ਦੇ ਲਈ ਲਾਂਚ ਕੀਤਾ ਵਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ جاری ਗਲੋਬਲ ਪੀਸ ਇੰਡੈਕਸ 2023 ਅਨੁਸਾਰ ਦੁਨੀਆ ਦਾ ਸਭ ਤੋਂ ਸ਼ਾਂਤਮਈ ਦੇਸ਼ ਕਿਹੜਾ ਬਣਿਆ ਹਾਂਜੀ ਲਾਸਟ ਟਾਈਮ ਮੈਂ ਤੁਹਾਨੂੰ ਕਰਵਾਇਆ ਸੀ ਗਲੋਬਲ ਪੀਸ ਇੰਡੈਕਸ ਕੱਢਿਆ ਗਿਆ ਸੀ 2023 ਦਾ ਜਿਸ ਦੇ ਵਿੱਚ ਦੁਨੀਆ ਦਾ ਸਭ ਤੋਂ ਜ਼ਿਆਦਾ ਆ ਸ਼ਾਂਤ ਦੇਸ਼ ਘੋਸ਼ਿਤ ਕੀਤਾ ਗਿਆ ਸੀ ਅਫਗਾਨਿਸਤਾਨ ਨੂੰ ਠੀਕ ਹੈ ਤੇ ਹੁਣ ਸ਼ਾਂਤਮਈ ਜਿਹੜਾ ਦੇਸ਼ ਘੋਸ਼ਿਤ ਕੀਤਾ ਗਿਆ ਵਾ ਜਾਨੀ ਕਿ ਜਿਹੜਾ ਸ਼ਾਂਤਮਈ ਦੇਸ਼ਾਂ ਦਾ ਇੰਡੈਕਸ ਕੱਢਿਆ ਗਿਆ ਵਾ ਗਲੋਬਲ ਪੀਸ ਇੰਡੈਕਸ 2023 ਤੇ ਇਸ ਦੇ ਵਿੱਚ ਆਈਸਲੈਂਡ ਆ ਜਿਹੜਾ ਇਹ ਦੁਨੀਆ ਦਾ ਸਭ ਤੋਂ ਸ਼ਾਂਤਮਈ ਦੇਸ਼ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ 163 ਦੇਸ਼ਾਂ ਦਾ ਇੰਡੈਕਸ ਆ ਜਿਸ ਦੇ ਵਿੱਚ ਸਾਡਾ ਦੇਸ਼ ਭਾਰਤ 126ਵੇਂ ਨੰਬਰ ਤੇ ਆ ਸਭ ਤੋਂ ਆ ਸ਼ਾਂਤ ਅਫਗਾਨਿਸਤਾਨ ਤੇ ਸਭ ਤੋਂ ਸ਼ਾਂਤਮਈ ਆ ਆਈਸਲੈਂਡ ਹੁਣ ਆਪਾਂ ਇੱਕ ਇੰਡੈਕਸ ਦੀ ਗੱਲ ਕੀਤੀ ਆ ਤਾਂ ਦੇਖਦੇ ਆ ਕਿਹੜੇ ਇੰਡੈਕਸ ਦੇ ਵਿੱਚ ਕੌਣ ਸਿਖਰ ਤੇ ਰਿਹਾ ਅਰਜਨਟੀਨਾ ਨੇ FIFA ਪੁਰਸ਼ਾਂ ਦੀ ਰਾਸ਼ਟਰੀ ਫੁੱਟਬਾਲ ਟੀਮ ਰੈਂਕਿੰਗ ਦੇ ਵਿੱਚ ਸਿਖਰ ਦਾ ਸਥਾਨ ਹਾਸਲ ਕੀਤਾ ਸਵੀਡਨ WEF ਦੁਆਰਾ ਜਾਰੀ એનર્ਜੀ ਟਰਾਂਜੀਸ਼ਨ ਇੰਡੈਕਸ ਦੇ ਵਿੱਚ ਟੌਪ ਤੇ ਰਿਹਾ MIT QS ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਸਿਖਰ ਤੇ ਰਹੀਏ ਚਾਈਨਾ ਦੀ ਆ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2023 ਵਿੱਚ ਸਿਹੂਆ ਯੂਨੀਵਰਸਿਟੀਆਂ ਦਾ ਦਰਜਾ ਪ੍ਰਾਪਤ ਕੀਤਾ ਹੈ ਸਿਲੀਕਨ ਵੈਲੀ 스타ਟਅਪ ਇਕੋਸਿਸਟਮ ਗਲੋਬਲ ਲਿਸਟ ਵਿੱਚ ਟੌਪ ਤੇ ਰਹੀ ਨੈਕਸਟ ਹੈ ਕਿਸ ਸੰਸਥਾ ਨੇ ਹਾਲ ਹੀ ਵਿੱਚ ਉਯੋਨ ਯੂਵੀ ਬੁਲੇਟਿਨ ਜਾਰੀ ਕੀਤਾ ਹਾਂਜੀ ਰੀਸੈਂਟਲੀ ਡਬਲਯੂਐਮਓ ਨੇ ਜਾਨੀ ਕਿ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ ਉਯੋਨ ਯੂਵੀ ਬੁਲੇਟਿਨ ਜਾਰੀ ਕੀਤਾ অপশন সি ইজ আ রাইট आंसर ਇਹ ਜੋ ਉਯੋਣ ਯੂਵੀ ਬੁਲੇਟੀਨਾ ਇਹ ਉਯੋਣ ਪਰਤ ਦੀ ਰਿਕਵਰੀ ਨੂੰ ਦਰਸਾਉਂਦਾ ਵਾ ਇਹੇ ਜਾਰੀ ਕੀਤਾ ਵਾ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ ਤਾਂ ਇਸ ਦੀ ਸਥਾਪਨਾ 1950 ਦੇ ਵਿੱਚ ਹੋਈ ਇਸ ਦਾ ਹੈੱਡ ਕੁਆਰਟਰ ਜਨੇਵਾ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਸਕੱਤਰ ਕੌਣ ਨੇ ਪੈਡਰੀ ਕਲਾਂਸ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਬ੍ਰਿਟਿਸ਼ ਨੈਸ਼ਨਲ ਅਵਾਰਡ ਵਿੱਚ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤੇ ਆ ਹਾਂਜੀ ਬ੍ਰਿਟਿਸ਼ ਨੈਸ਼ਨਲ ਅਵਾਰਡ ਦੇ ਵਿੱਚ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ ਵਾ ਸੇਖਰ ਕਪੂਰ ਨੇ অপਸ਼ਨ ਬੀ ਇਜ਼ ਅ ਰਾਈਟ ਆਨਸਰ ਹੁਣ ਪੁਰਸਕਾਰ ਦੀ ਗੱਲ ਆ ਤਾ ਰੀਸੈਂਟਲੀ ਲਲਿਆਨ ਜੋ ਆਲਾ ਚਾਂਗਟੇ ਨੇ ਏ ਆਈ ਐਫ ਐਫ ਪੁਰਸ਼ ਫੁੱਟਬਾਲਰ ਆਫ ਦੀ ਇਅਰ ਪੁਰਸਕਾਰ ਜਿੱਤਿਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਥੇ ਏ ਆਈ ਐਫ ਐਫ ਦਾ ਕੀ ਮਤਲਬ ਆ ਤਾਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ All India Football Federation ਇਸ ਦੇ ਵਿੱਚ All India Football Federation ਪੁਰਸ਼ ਫੁੱਟਬਾਲਰ ਆਫ ਦਿイヤー ਕਿਤਾਬ ਜਿੱਤੇ ਆ ਲਲਿਆ ਅੰਜੂਆਲਾ ਚਾਂਗਟੇ ਨੇ ਮਾਈਕਲ ਰੋਜ਼ਨ ਨੂੰ ਵਕਾਰੀ ਪੈਨ ਪ੍ਰਿੰਟਰ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ ਪ੍ਰਿਆ ਏਐਸ ਸਾਹਿਤ ਅਕਾਦਮੀ ਪੁਰਸਕਾਰ 2023 ਨਾਲ ਸਨਮਾਨਿਤ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਨੂੰ ਮਿਸਰ ਦੇ ਸਰਵਉੱਚ ਸਨਮਾਨ ਆਰਡਰ ਆਫ ਦੀ ਨਾਈਲ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ Google ਦੁਆਰਾ ਹਾਲ ਹੀ ਵਿੱਚ ਭਾਰਤ ਨੀਤੀ ਮੁਖੀ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਭਾਰਤ ਸਰਕਾਰ ਨੀਤੀ ਮੁਖੀ ਵਜੋਂ ਚੁਣਿਆ ਗਿਆ Google ਦੁਆਰਾ ਇਹ ਚੁਣਿਆ ਗਿਆ ਜੀ ਸ਼੍ਰੀ ਨਿਵਾਸ ਰੈਡੀ ਨੂੰ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਰੀਸੈਂਟਲੀ ਕੁਇਕ ਹੀਲ ਟੈਕਨੋਲੋਜੀਸ ਨੇ ਵਿਸ਼ਾਲ ਸਾਲਵੀ ਨੂੰ ਸੀਈਓ ਚੁਣਿਆ ਅਜੇ ਬੰਗਾ ਇਹ ਦੁਨੀਆ ਦੇ ਮਹਾਨ ਪ੍ਰਵਾਸੀਆਂ ਦੀ 2023 ਦੀ ਸਾਲਾਨਾ ਸੂਚੀ ਦੇ ਵਿੱਚ ਦਰਜ ਹੋਏ ਆ ਵੀਸੀਸੀਆਈ ਦਾ ਇੱਥੇ ਮੈਂ ਅਜੇ ਬੰਗਾ ਦਾ ਬੰਗਾ ਦੀ ਗੱਲ ਕੀਤੀ ਆ ਅਜੇ ਬੰਗਾ ਬਾਰੇ ਤੁਸੀਂ ਯਾਦ ਰੱਖਣਾ ਇਹਨਾਂ ਨੂੰ ਰੀਸੈਂਟਲੀ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਘੋਸ਼ਿਤ ਕੀਤਾ ਗਿਆ ਤੇ ਪਹਿਲੇ ਸਿੱਖ ਜਿਹੜੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਬਣੇ ਆ ਤੇ ਇਹਨਾਂ ਨੂੰ ਪਦਮਸ਼੍ਰੀ ਪੁਰਸਕਾਰ ਵੀ ਮਿਲਿਆ ਤੇ ਹੁਣ ਅਜੀ ਬੰਗਾ ਦਾ ਨਾਮ ਮਹਾਨ ਪ੍ਰਵਾਸੀਆਂ ਦੀ 2023 ਦੀ ਲਿਸਟ ਵਿੱਚ ਜਾਰੀ ਹੋਇਆ ਵਾ ਬੀਸੀਸੀਆਈ ਜਾਨੀ ਕਿ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਇਸ ਦੇ ਇਸ ਨੇ ਅਜੀਤ ਅਗਰਵਾਲ ਨੂੰ ਸੀਨੀਅਰ ਪੁਰਸ਼ ਕ੍ਰਿਕਟਰ ਚੋਣ ਕਮੇਟੀ ਦਾ ਚੇਅਰਮੈਨ ਚੁਣਿਆ ਵਿਜੇਂਦਰ ਨਵਨੀਤ ਨੂੰ ਡਬਲਯੂਟੀਓ ਵਿੱਚ ਭਾਰਤ ਦਾ ਰਾਜਦੂਤ ਚੁਣਿਆ ਗਿਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੈਕਸਟ ਹੈ ਭਾਰਤੀ ਜਲ ਸੈਨਾ ਦੁਆਰਾ ਹਾਲ ਹੀ ਵਿੱਚ ਦੁਵੱਲੇ ਭਾਰਤ-ਜਪਾਨ ਸਮੁੰਦਰੀ ਅਭਿਆਸ ਜੀ ਮੈਕਸ ਦਾ 7ਵਾਂ ਸੰਸਕਰਣ ਕਿੱਥੇ ਕਰਵਾਇਆ ਜਾਵੇਗਾ ਪੰਜਾਬ ਪੁਲਿਸ ਦੇ ਸਟੂਡੈਂਟਸ ਨੂੰ ਇੱਕ ਅਭਿਆਸ ਜ਼ਰੂਰ ਹੋਣਾ ਐਗਜ਼ਾਮ ਦੇ ਵਿੱਚ ਸੋ ਤੁਸੀਂ ਧਿਆਨ ਦਿਓ ਕਿ ਭਾਰਤੀ ਜਲ ਸੈਨਾ ਦੁਆਰਾ ਹਾਲ ਹੀ ਵਿੱਚ ਦੁਵੱਲੇ ਭਾਰਤ-ਜਪਾਨ ਸਮੁੰਦਰੀ ਅਭਿਆਸ ਜੀ ਮੈਕਸ ਦਾ 7ਥ ਸੰਸਕਰਣ ਆ ਜਿਹੜਾ ਇਹ ਵਿਸ਼ਾਖਾਪਟਨਮ ਦੇ ਵਿੱਚ ਹੋਵੇਗਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੁਣ ਆਪਾਂ ਜਾਪਾਨ ਦੀ ਗੱਲ ਕੀਤੀ ਹੈ ਇਹ ਜਿਹੜਾ ਅਭਿਆਸ ਆ ਭਾਰਤ ਤੇ ਜਾਪਾਨ ਦੇ ਵਿਚਕਾਰ ਹੋਣਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕਿਓ ਇੱਥੋਂ ਦੀ ਕਰੰਸੀ ਆ ਜੇਨ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਫੋਮਿਓ ਕਿਆਸੀ ਦਾ ਪ੍ਰਧਾਨ ਮੰਤਰੀ ਮੋਦੀ ਨੇ ਹੀਰੋਸੀਮਾ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ ਜਾਪਾਨ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਯੂਪੀਆਈ ਨੂੰ ਅਪਣਾਏਗਾ ਜਾਪਾਨ ਦੇ ਸਿਹਤ ਮੰਤਰਾਲੇ ਨੇ ਦੇਸ਼ ਦੀ ਪਹਿਲੀ ਗਰਭਪਾਤ ਗੋਲੀ ਨੂੰ ਮਨਜ਼ੂਰੀ ਦਿੱਤੀ ਨੈਕਸਟ ਹੈ हाल ही ਵਿੱਚ ਭਾਰਤ ਨੇ ਸਟਾਰਟਅਪ 20 ਦੀ ਮਿਸਾਲ ਕਿਸ ਦੇਸ਼ ਨੂੰ ਸੌਂਪੀ ਹੈ ਹਾਂਜੀ ਭਾਰਤ ਨੇ ਸਟਾਰਟਅਪ 20 ਦੀ ਜਿਹੜੀ ਮਿਸਾਲ ਆ ਇਹ ਸੌਂਪੀ ਆ ਬ੍ਰਾਜ਼ੀਲ ਨੂੰ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੁਣ ਬ੍ਰਾਜ਼ੀਲ ਨੂੰ ਦਿੱਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਾਜ਼ੀਲ ਵੈਸੇ ਇੱਥੇ ਤੁਸੀਂ ਧਿਆਨ ਰੱਖਣਾ ਸਟਾਰਟਅਪਸ ਸਟਾਰਟਅਪ 20 ਸ਼िखर ਸਮੇਲਨਾਂ ਜੋ ਇਹ ਗੁਰੂਗ੍ਰਾਮ ਦੇ ਵਿੱਚ ਹੋਇਆ ਸੀ ਤੇ ਗੁਰੂਗ੍ਰਾਮ ਦੇ ਵਿੱਚ ਇਸ ਦੇ ਸਮਾਪਤ ਹੁੰਦੇ ਹੀ ਭਾਰਤ ਨੇ ਇਸ ਦੀ ਜਿਹੜੀ ਮਿਸਾਲ ਆ ਇਹ ਬ੍ਰਾਜ਼ੀਲ ਨੂੰ ਦਿੱਤੀ ਆ ਤੇ ਹੁਣ ਬ੍ਰਾਜ਼ੀਲ ਦੀ ਜ਼ਿੰਮੇਵਾਰੀ ਆ ਬ੍ਰਾਜ਼ੀਲ ਦੀ ਕੈਪੀਟਲ ਆ ਬ੍ਰਾਜ਼ੀਲੀਆ ਇਥੀ ਕਰੰਸੀ ਆ ਬ੍ਰਾਜ਼ੀਲੀਅਨ ਰੀਅਲ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਲੂਇਸ ਇਨਾਸੀਓ ਲੂਲਾ ਡੀ ਸਿਲਵਾ ਨੈਕਸਟ ਹੈ ਹਾਲ ਹੀ ਵਿੱਚ ਆਈ ਸੀ ਏ ਆਰ ਜਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਦੀ ਖੋਜ ਸਲਾਹਕਾਰ ਕਮੇਟੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਹਾਂਜੀ ICAR ਦੀ ਖੋਜ ਸਲਾਹਕਾਰ ਕਮੇਟੀ ਦਾ ਪ੍ਰਧਾਨ ਨੀਰਜਾ ਪ੍ਰਭਾਕਰ ਨੂੰ ਚੁਣਿਆ ਗਿਆ ਆਪਸ਼ਨ C ਇਸ ザ राइट आंसर ਹੁਣ ਇੱਕ ਫਿਰ ਤੋਂ ਅਪੁਆਇੰਟਮੈਂਟ ਦੀ ਗੱਲ ਆ ਤਾਂ SBI ਨੇ ਕਮੇਸ਼ਵਰ ਰਾਓ ਕੋਡਵੰਤੀ ਨੂੰ CFO ਚੁਣਿਆ ਅਤુલ ਆਨੰਦ ਨੇ ਫੌਜੀ ਮਾਮਲਿਆਂ ਦੇ ਵਿਭਾਗ ਦੇ ਵੱਧਿਕ ਸਖਤਰ ਦਾ ਹੰਦਾ ਸੰਭਾਲਿਆ ਕਿਉ ਡੋਂਗਿਓ FAO ਦੇ ਡਾਇਰੈਕਟਰ ਜਨਰਲ ਵਜੋਂ ਦੁਬਾਰਾ ਚੁਣੇ ਗਏ ਆ ਐਮਯੂ ਨਾਇਰ ਨੂੰ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਚੁਣਿਆ ਗਿਆ ਤੁਸ਼ਾਰ ਮਹਿਤਾ ਭਾਰਤ ਦੇ ਸਲਿਸਟਰ ਜਨਰਲ ਚੁਣੇ ਗਏ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਜੁਕ ਸੁਖਮ ਉਧਾਰ ਲੈਣ ਵਾਲਾ ਰਾਜ ਕਿਹੜਾ ਬਣਿਆ ਹਾਂਜੀ ਭਾਰਤ ਵਿੱਚ ਸਭ ਤੋਂ ਵੱਧ ਸੁਖਮ ਉਧਾਰ ਲੈਣ ਵਾਲਾ ਰਾਜ ਬਣਿਆ ਵਾ ਵਿਹਾਰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਵਿਹਾਰ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੀ ਕੈਪੀਟਲ ਕੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਿੰਨ ਸੈਕਿੰਡ ਦਿੰਨੀ ਹੈ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਵਿਹਾਰ ਦੀ ਕੈਪੀਟਲ ਆ ਪਟਨਾ ਇਥੋਂ ਦੇ ਚੀਫ ਮਿਨਿਸਟਰ ਨਿਤਿਸ਼ ਕੁਮਾਰ ਤੇ ਇਥੋਂ ਦੇ ਗਵਰਨਰਾ ਰਜਿੰਦਰ ਵਿਸ਼ਵਨਾਥ ਆਰਲੇਕਰ ਵਿਹਾਰ ਦੇ ਵਿੱਚ ਵਾਲਮੀਕੀ ਨੈਸ਼ਨਲ ਪਾਰਕ ਵਿਹਾਰ ਦਾ ਸਥਾਪਨਾ ਦੇ ਸਵਾਈ ਮਾਰਚ ਨੂੰ ਬਣਾਇਆ ਜਾਂਦਾ ਕਿਉਂਕਿ 22 ਮਾਰਚ 1912 ਨੂੰ ਅੰਗਰੇਜ਼ਾਂ ਤੋਂ ਬੰਗਾਲ ਅੰਗਰੇਜ਼ਾਂ ਨੇ ਬੰਗਾਲ ਤੋਂ ਲੱਗ ਕਰਕੇ ਇੱਕ ਨਵਾਂ ਰਾਜ ਬਣਾਇਆ ਸੀ ਵਿਹਾਰ ਵਿਹਾਰ ਵਿੱਚ ਪੰਛੀਆਂ ਦੀ ਜਨਗਲਨਾ ਸ਼ੁਰੂ ਹੋਈ ਆ ਇਸ ਦੇ ਵਿੱਚ 200 ਤੋਂ ਵੱਧ ਪੰਛੀਆਂ ਦੀਆਂ ਕਿਸਮਾਂ ਪਾਈਆਂ ਗਈਆਂ। ਵਿਜਲੀ ਸਪਲਾਈ ਦੇ ਮਾਮਲੇ ਵਿੱਚ ਵਿਹਾਰ ਉੱਤਰ ਪ੍ਰਦੇਸ਼ ਨੂੰ ਪਿੱਛੇ ਛੱਡ ਦਿੱਤਾ ਜਾਨੀ ਕਿ ਹੁਣ ਵਿਜਲੀ ਦੀ ਪੂਰਤੀ ਵਿੱਚ ਜਿਹੜਾ ਵਿਹਾਰਾ ਇਹ ਪੰਜਵੇਂ ਨੰਬਰ ਤੇ ਆ ਗਿਆ। ਵਿਹਾਰ ਦੇ ਪੂਰਵੀ ਚੰਪਾਰਨ ਜ਼ਿਲ੍ਹੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਰਮਾਇਣ ਮੰਦਿਰ ਦਾ ਨਿਰਮਾਣ ਸ਼ੁਰੂ ਹੋਇਆ। ਐਨਜੀਟੀ ਨੇ ਕੂੜਾ ਪ੍ਰਬੰਧਨ ਵਿੱਚ ਆਸਫਲਤਾ ਲਈ ਵਿਹਾਰ ਰਾਜ ਨੂੰ 4000 ਕਰੋੜ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ। ਵਿਹਾਰ ਵਿੱਚ ਥਵੇ ਤਿਹਾਰ ਮਨਾਇਆ ਗਿਆ ਨੈਕਸਟ ਹੈ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਲੋਕਾਂ ਲਈ ਹਾਲ ਹੀ ਵਿੱਚ ਕਿਸ ਨੇ ਪਹਿਲੀ ਚੈਟਬੋਟ ਲਾਂਚ ਕੀਤੀ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਲੋਕਾਂ ਲਈ ਪਹਿਲੀ ਚੈਟਬੋਟ ਲਾਂਚ ਕੀਤੀ ਆ ਜੰਮੂ ਕਸ਼ਮੀਰ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣੇ ਜੰਮੂ ਕਸ਼ਮੀਰ ਨੇ ਲਾਂਚ ਕੀਤੀ ਆ ਜੰਮੂ ਕਸ਼ਮੀਰ ਨੇ ਵੈਸੇ ਇਸ ਦਾ ਨਾਮ ਕੀ ਰੱਖਿਆ ਟੈਲੀਮਾਂਸ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਲੋਕਾਂ ਲਈ ਜੋ ਚੈਟਬੋਟ ਜੰਮੂ ਕਸ਼ਮੀਰ ਨੇ ਲਾਂਚ ਕੀਤੀ ਆ ਉਸ ਦਾ ਨਾਮ ਰੱਖਿਆ ਟੈਲੀਮਾਂਸ ਹੁਣੇ ਜੰਮੂ ਕਸ਼ਮੀਰ ਨੇ ਲਾਂਚ ਕੀਤੀ ਹੈ ਤਾਂ ਜੰਮੂ ਕਸ਼ਮੀਰ ਦੀ ਕੈਪੀਟਲ ਕਿਹ ਹੈ ਹਾਂਜੀ ਜੰਮੂ ਕਸ਼ਮੀਰ ਦੀ ਕੈਪੀਟਲ ਹੈ ਸ਼ਰੀਨਗਰ ਇੱਥੋਂ ਦੇ ਲਿਊਟੇਨੇਟ ਗਵਰਨਰ ਆ ਮਨੋਜ ਸਿਨਹਾ ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ نیشنل ਪਾਰਕ ਆ ਕਾਜੀਨਾਗ نیشنل ਪਾਰਕ ਆ ਸਲੀਮ ਅਲੀ نیشنل ਪਾਰਕ ਆ ਕਿਸਤਬਾੜ نیشنل ਪਾਰਕ ਇੱਥੋਂ ਦੇ ਫੇਮਸ ਲੋਕਨਾਚਾ ਰੌਫ ਹੇਕਤ ਕੋਡੰਡੀ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਦਾਲ ਸੀਲਾ ਬੁਲਰ ਸੀਲਾ ਗਾਇਮਰ ਸੀਲਾ ਮਾਨਸਵਰ ਸੀਲਾ ਗੰਗਾਵਲ ਝੀਲਾ ਕੋ ਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਝੀਲਾ ਵੈਰੀਨਾਗ ਝੀਲਾ ਕਿਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ ਵਧਾ ਕੇ 60 ਸਾਲ ਕੀਤੀ ਜੰਮੂ ਕਸ਼ਮੀਰ ਵਿੱਚ ਵਿਸ ਸਟਾ ਵਿਟਸਟਾ ਫੈਸਟੀਵਲ ਹੈ ਜਿਹੜਾ ਸ਼ੁਰੂ ਹੋਇਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੇ ਵਿੱਚ ਬਲੀਦਾਨ ਪਿੱਲਰ ਦਾ ਉਦਘਾਟਨ ਕੀਤਾ ਜੰਮੂ ਕਸ਼ਮੀਰ ਵਿੱਚ ਪਹਿਲੀ ਪੰਚਾਇਤ ਦਰਜਾਬੰਦੀ ਜਾਰੀ ਕੀਤੀ ਗਈ ਜੰਮੂ ਕਸ਼ਮੀਰ ਵਿੱਚ ਖੀਰ ਪਵਾਨੀ ਮੇਲਾ ਲਗਾਇਆ ਗਿਆ ਨੈਕਸਟ ਹੈ ਪਿਰਾਮਿਡ ਫਾਈਨੈਂਸ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਸਾਰੀਆ ਮਹਿਲਾ ਸਾਕਾ ਕਿੱਥੇ ਖੋਲੀ ਹਾਂਜੀ ਪਿਰਾਮਿਡ ਫਾਈਨੈਂਸ ਇਸ ਨੇ ਆਪਣੀ ਪਹਿਲੀ ਮਹਿਲਾ ਸਾਕਾ ਖੋਲੀ ਆ ਕੋਚੀ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕੋਚੀ हां जी اس دے نال ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ